ਸਤਿ ਸ਼੍ਰੀ ਅਕਾਲ ਦੋਸਤੋ ਫਰੰਟ ਲਾਈਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਿਸਾਨਾਂ ਲਈ ਇੱਕ ਚੰਗੀ ਖਬਰ ਲੈ ਕੇ ਆਏ ਹਾਂ ਵੀਡੀਓ ਨੂੰ ਅੰਤ ਤੱਕ ਜਰੂਰ ਵੇਖੋ ਤਾਂ ਜੋ ਸਹੀ ਤਸਦੀਕ ਜਾਣਕਾਰੀ ਪ੍ਰਾਪਤ ਕਰ ਸਕੋ ਸਰਕਾਰ ਨੇ ਮੰਨੀਆਂ ਮੰਗਾਂ ਕਿਸਾਨਾਂ ਨੇ ਟਹਾਨਾ ਥਾਣੇ ਤੋਂ ਹਟਾਇਆ ਧਰਨਾ ਵਿਧਾਇਕ ਦਵਿੰਦਰ ਬਬਲੀ ਅਤੇ ਕਿਸਾਨਾਂ ਵਿਚਾਲੇ ਪੈਦਾ ਹੋਇਆ ਵਿਵਾਦ ਵਿਧਾਇਕ ਵੱਲੋਂ ਦੁੱਖ ਪ੍ਰਗਟਾਏ ਜਾਣ ਤੋਂ ਬਾਅਦ ਵੀ ਲਗਾਤਾਰ ਜਾਰੀ ਰਿਹਾ ਪਰ ਸੋਮਵਾਰ ਸ਼ਾਮ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਮੰਨਣ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਕਿਸਾਨ ਨੇਤਾਵਾਂ ਨੇ ਇੱਕ ਕਿਸਾਨ ਮੱਖਣ ਸਿੰਘ ਦੀ ਰਿਹਾਈ ਲਈ ਧਰਨਾ ਦਿੱਤਾ ਹੋਇਆ ਸੀ ਬੀਤੇ ਦਿਨਾਂ ਤੱਕ ਦੋ ਕਿਸਾਨ ਨੇਤਾਵਾਂ ਰਵੀ ਆਜ਼ਾਦ ਅਤੇ ਵਿਕਾਸ ਸਿਸਰ ਦੀ ਰਿਹਾਈ ਦੀ ਮੰਗ ਸਾਹਮਣੇ ਆ ਰਹੀ ਸੀ ਤਾਂ ਐਤਵਾਰ ਦੇਰ ਰਾਤ ਦੋਵਾਂ ਨੂੰ ਹਿਸਾਰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹਾਲਾਂਕਿ ਦੋਵਾਂ ਤੇ ਮੁਕੱਦਮਾ ਅਜੇ ਚੱਲ ਰਿਹਾ ਹੈ ਅਤੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਛੱਡਿਆ ਗਿਆ ਹੈ ਜੇਲ੍ਹ ਤੋਂ ਬਾਹਰ ਆਉਂਦੇ ਹੀ ਦੋਵੇਂ ਕਿਸਾਨ ਨੇਤਾ ਟੋਹਾਨਾ ਚ ਸਦਰ ਥਾਣੇ ਚ ਕਿਸਾਨਾਂ ਦੇ ਧਰਨੇ 'ਚ ਹੋਗੇ ਦੂਆ ਕਿਸਾਨਾਂ ਨੇ ਤਹਾਮਦੀ ਰਹਾਈ ਲਈ ਅੱਜ ਪੂਰੇ ਸੂਬੇ ਦੇ ਥਾਣਿਆਂ ਦਾ ਘਰਾਉ ਕੀਤਾ ਜਾਣਾ ਸੀ ਪਰ ਉਹਨਾਂ ਦੀ ਰਹਾਈ ਤੋਂ ਬਾਅਦ ਅੱਜ ਸਵੇਰੇ ਕਿਸਾਨ ਨੇਤਾ ਰਕੇਸ਼ ਟਕੈਤ ਅਤੇ ਹੋਰ ਕਿਸਾਨ ਨੇਤਾਵਾਂ ਨੇ ਸਾਫ਼ ਕਰ ਦਿੱਤਾ ਕਿ ਸੂਬੇ 'ਚ ਥਾਣਿਆਂ ਦਾ ਘਰਾਉ ਦਾ ਪ੍ਰੋਗਰਾਮ ਹੋ ਨਹੀਂ ਹੋਵੇਗਾ ਸਿਰਫ ਟੋਹਾਨਾਂ 'ਚ ਹੀ ਤਰਣਾ ਚੱਲੇਗਾ ਅਤੇ ਉਹ ਵੀ ਉਦੋਂ ਤੱਕ ਜਦੋਂ ਤੱਕ ਮੁਕੱਦਮੇ ਖਾਰਜ ਨਹੀਂ ਹੁੰਦੇ ਅਤੇ ਤੀਸਰੇ ਕਿਸਾਨ ਨੂੰ ਵੀ ਰਹਾ ਨਹੀਂ ਕੀਤਾ ਜਾਂਦਾ ਥਾਣੇ ਦੇ ਬਾਹਰ ਵੱਡੀ ਗਿਣਤੀ 'ਚ ਕਿਸਾਨਾਂ ਦੇ ਜਮਾਵੜੇ ਦਰਮਿਆਨ ਪ੍ਰਸ਼ਾਸਨ ਅਧਿਕਾਰੀਆਂ ਅਤੇ ਕਿਸਾਨ ਨੇਤਾਵਾਂ 'ਚ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲਦੀ ਰਹੀ ਅੰਤ 'ਚ ਕਿਸਾਨ ਨੇਤਾ ਯੋਗਿੰਦਰ <strong>ਯਾਦਵ</strong> ਅਤੇ ਹੋਰ ਨੇਤਾਵਾਂ ਨੇ ਮੰਚ 'ਤੇ ਆ ਕੇ ਮੌਜੂਦ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਗ੍ਰਿਫਤਾਰ ਤੀਸਰੇ ਕਿਸਾਨ ਸਾਥੀ ਨੂੰ ਰਿਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਤਿੰਨੇ ਕਿਸਾਨਾਂ ਤੇ ਦਰਜ ਮੁਕੱਦਮਿਆਂ ਨੂੰ ਵੀ ਸਰਕਾਰ ਵੱਲੋਂ ਰੱਦ ਕੀਤਾ ਜਾਵੇਗਾ ਵੱਡੀ ਖਬਰ ਆ ਰਹੀ ਹੈ ਸਰਕਾਰ ਨੇ ਮੰਨੀਆਂ ਮੰਗਾਂ ਕਿਸਾਨਾਂ ਨੇ ਟੁਹਾਨਾ ਥਾਣੇ ਤੋਂ ਹਟਾਇਆ ਧਰਨਾ ਇਸ ਤਰ੍ਹਾਂ ਦੀਆਂ ਹੋਰ ਵੱਡੀਆਂ ਅਪਡੇਟਸ ਨੂੰ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਵੱਡੀ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ